ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦੇ ਰੋਪੜ ਵੱਲ ਨੂੰ ਚੱਲ ਪਏ ਅਤੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਪਿੰਡ ਖੇੜੀ ਵੱਲ ਹੋ ਤੁਰੇ। 21 ਦਸੰਬਰ 1704 ਨੂੰ ਗੁਰੂ ਜੀ ਪੰਜ ਪਿਆਰੇ 40 ਸਿੰਘ ਖੁੱਲ੍ਹੇ ਮੈਦਾਨ ਵਿੱਚ ਪੋਹ ਦੀਆਂ ਸਰਦ ਧੁੰਦਾਂ ਵਾਲੀਆਂ ਸ਼ਾਮਾਂ ਨੂੰ ਬੈਠੇ ਹੋਏ ਸਨ। ਇਹ ਖਬਰ ਅੱਗ ਵਾਂਗ ਪੂਰੇ ਇਲਾਕੇ ਵਿੱਚ ਫੈਲ ਗਈ। ਉੱਥੋਂ ਦੇ ਦੋ ਭਰਾ ਚੌਧਰੀ ਰੂਪ ਚੰਦ ਅਤੇ ਜਗਤ ਸਿੰਘ, ਜੋ ਗੁਰੂ ਘਰ ਦੇ ਵੱਡੇ ਸੇਵਕ ਸਨ, ਗੁਰੂ ਜੀ ਦੀ ਸੇਵਾ ਵਿੱਚ ਆ ਹਾਜ਼ਰ ਹੋਏ। ਉਹ ਉਸ ਸਮੇਂ ਦੇ ਬੜੇ ਹੀ ਅਮੀਰ ਚੌਧਰੀ ਸਨ, ਜਿਨ੍ਹਾਂ ਕੋਲ ਬਹੁਤ ਵੱਡੀ ਹਵੇਲੀ ਸੀ। ਉਹਨਾਂ ਨੇ ਗੁਰੂ ਜੀ ਨੂੰ ਅਰਦਾਸ ਕੀਤੀ ਅਤੇ ਗੁਰੂ ਜੀ ਅਤੇ ਸਿੰਘ ਇਸ ਮੈਦਾਨ ਵਿੱਚ ਬੈਠਣ ਦੀ ਬਜਾਏ ਉਹਨਾਂ ਦੀ ਹਵੇਲੀ ਵਿੱਚ ਆ ਕੇ ਠਹਿਰਨ ਅਤੇ ਉਸ ਹਵੇਲੀ ਨੂੰ ਭਾਗ ਲਾਉਣ। ਗੁਰੂ ਜੀ ਉਹਨਾਂ ਦੀ ਸ਼ਰਧਾ ਵੇਖ ਕੇ ਉਹਨਾਂ ਦੀ ਗੱਲ ਮੰਨ ਗਏ ਅਤੇ ਉਹਨਾਂ ਦੀ ਹਵੇਲੀ ਵਿੱਚ ਸਿੰਘਾਂ ਸਮੇਤ ਚਲੇ ਗਏ। ਇਹ ਕੱਚੀ ਹਵੇਲੀ ਗੜੀ ਦੇ ਰੂਪ ਵਿੱਚ ਕੰਮ ਆਈ ਜਦੋਂ ਕਿ ਚਮਕੌਰ ਸਾਹਿਬ ਦੀ ਜੰਗ ਹੋਈ ਸੀ। ਜਦੋਂ ਮੁਗਲਾਂ ਨਾਲ ਗੁਰੂ ਜੀ ਦੀ ਚਮਕੌਰ ਦੀ ਜੰਗ ਸ਼ੁਰੂ ਹੋਈ, ਗੁਰੂ ਜੀ ਨੇ ਅੰਮ੍ਰਿਤ ਵੇਲੇ ਆਸਾ ਦੀਵਾਰ ਦਾ ਪਾਠ ਕੀਤਾ ਅਤੇ ਪੰਜ ਬਾਣੀਆਂ ਦਾ ਜਾਪ ਕੀਤਾ। ਕਿੰਨਾ ਰੂਹਾਨੀ ਅਤੇ ਬਹਾਦਰ ਸੁਭਾਅ ਹੋਵੇਗਾ ਮੇਰੇ ਗੁਰੂ ਪਿਤਾ ਦਾ, ਜੋ 10 ਲੱਖ ਮੁਗਲ ਫੌਜ ਬਾਹਰ ਬੈਠੀ ਉਹਨਾਂ ਨੂੰ ਮਾਰਨ ਦੀਆਂ ਸਕੀਮਾਂ ਬਣਾ ਰਹੀ ਸੀ ਅਤੇ ਗੁਰੂ ਜੀ ਸ਼ਾਂਤ ਚਿੱਤ ਪ੍ਰਭੂ ਭਗਤੀ ਵਿੱਚ ਆਪਣੇ ਸਿੰਘਾਂ ਨਾਲ ਲੀਨ ਸਨ। ਫਿਰ ਕੁਝ ਸਮੇਂ ਬਾਅਦ ਮੁਗਲ ਸੈਨਾਪਤੀ ਨੇ ਚੀਕ ਕੇ ਕਿਹਾ ਕਿ ਗੁਰੂ ਗੋਬਿੰਦ, ਜੇ ਤੂੰ ਅਤੇ ਤੇਰੇ ਸਿੰਘ ਇਹ ਗੜੀ ਛੱਡ ਕੇ ਬਾਹਰ ਨਾ ਆਏ ਤਾਂ ਅਸੀਂ ਹਮਲਾ ਕਰਾਂਗੇ, ਅਤੇ ਜੇਕਰ ਤੁਸੀਂ ਹੱਥ ਖੜ੍ਹੇ ਕਰਕੇ ਬਾਹਰ ਆ ਜਾਵੋਗੇ ਤਾਂ ਅਸੀਂ ਤੁਹਾਡੀਆਂ ਜਾਨਾਂ ਬਖਸ਼ ਦੇਵਾਂਗੇ। ਇਸ ਗੱਲ ਦਾ ਜਵਾਬ ਗੁਰੂ ਜੀ ਨੇ ਤੀਰਾਂ ਦੀ ਬੁਛਾੜ ਨਾਲ ਦਿੱਤਾ, ਜਿਸ ਨਾਲ ਕਈ ਮੁਗਲ ਸਿਪਾਹੀ ਧਰਾਸ਼ਾਈ ਹੋ ਗਏ। ਸਰਦ ਰੁੱਤ ਦੀ ਠੰਡੀ ਸਵੇਰ ਨੂੰ ਗੁਰੂ ਜੀ ਅਤੇ ਸਿੰਘ ਜੰਗ ਲਈ ਤਿਆਰ ਸਨ। ਗੁਰੂ ਜੀ ਨੇ ਜੰਗ ਦਾ ਐਲਾਨ ਕਰ ਦਿੱਤਾ ਅਤੇ ਸਿੰਘ ਵਾਰੋ ਵਾਰੀ ਗੁਰੂ ਜੀ ਤੋਂ ਆਗਿਆ ਲੈ ਕੇ ਮੈਦਾਨੇ ਜੰਗ ਵਿੱਚ ਜਾਣ ਲੱਗੀ। ਸਿੰਘ ਪੂਰੀ ਬਹਾਦਰੀ ਨਾਲ ਲੜਦੇ ਅਤੇ ਆਪਣੇ ਆਖਰੀ ਸਾਹਾਂ ਵਿੱਚ ਜੈਕਾਰਾ ਗਜਾ ਦਿੰਦੇ ਅਤੇ ਗੜੀ ਅੰਦਰ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਦੀ ਆਵਾਜ਼ ਸੁਣਾਈ ਦਿੰਦੀ ਤਾਂ ਉਸੇ ਵੇਲੇ ਦੂਜਾ ਸਿੰਘ ਜੰਗ ਦੇ ਮੈਦਾਨ ਵਿੱਚ ਆ ਜਾਂਦਾ। ਇਹ ਸਭ ਦੇਖ ਕੇ ਮੁਗਲ ਨਵਾਬ ਹੈਰਾਨ ਰਹਿ ਗਿਆ ਕਿ ਇਹ ਸਿੰਘ ਕਿਸ ਮਿੱਟੀ ਦੇ ਬਣੇ ਹੋਏ ਨੇ, ਜੋ ਕਿ ਨਾ ਹੀ ਆਪਣੀ ਹਾਰ ਮੰਨਦੇ ਨੇ ਤੇ ਨਾ ਹੀ ਘਬਰਾਉਂਦੇ ਨੇ। ਉਸਨੂੰ ਕੀ ਪਤਾ ਸੀ ਕਿ ਇਹ ਸਿੰਘ ਤਾਂ ਆਪਣੇ ਗੁਰੂ ਦੇ ਬੋਲ 1.25 ਲੱਖ ਸੇ ਇੱਕ ਲੜਾਊ ਨੂੰ ਪਗਾ ਰਹੇ ਨੇ। ਫਿਰ ਗੁਰੂ ਜੀ ਤੋਂ ਆਗਿਆ ਲੈ ਕੇ 6 ਸਿੰਘਾਂ ਦਾ ਜਥਾ ਭਾਈ ਮੁਹਾਰ ਸਿੰਘ, ਕੀਰਤ ਸਿੰਘ, ਆਨੰਦ ਸਿੰਘ, ਲਾਲ ਸਿੰਘ, ਕੇਸਰ ਸਿੰਘ ਤੇ ਅਮੋਲਕ ਸਿੰਘ ਮੈਦਾਨ ਵਿੱਚ ਆ ਗਏ। ਮੁਗਲਾਂ ਦੀਆਂ ਲੋਥਾਂ ਵਿਛਾਉਣ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਫਿਰ ਬਾਬਾ ਅਜੀਤ ਸਿੰਘ ਜੀ ਗੁਰੂ ਜੀ ਦੇ ਅੱਗੇ ਆਏ ਤੇ ਬੇਨਤੀ ਕੀਤੀ ਕਿ ਗੁਰੂ ਪਿਤਾ, ਮੈਨੂੰ ਆਗਿਆ ਦਿਓ ਤਾਂ ਕਿ ਮੈਂ ਜੰਗ ਦੇ ਮੈਦਾਨ ਵਿੱਚ ਜਾ ਕੇ ਲੜ ਸਕਾਂ। ਇਹ ਸੁਣ ਕੇ ਗੁਰੂ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਸੀਨੇ ਨਾਲ ਲਾ ਲਿਆ ਤੇ ਉਹਨਾਂ ਨੂੰ ਸ਼ਸਤਰ ਦੇ ਕੇ ਜੰਗ ਵਿੱਚ ਵਿਦਾ ਕੀਤਾ। ਕਿੱਡਾ ਜ਼ਿਰਾ ਹੋਵੇਗਾ ਉਸ ਪਿਤਾ ਦਾ ਜੋ ਆਪਣੇ ਪੁੱਤਰ ਨੂੰ ਜੰਗ ਵਿੱਚ ਤੋਰ ਰਿਹਾ ਹੈ। ਨਹੀਂ ਤਾਂ ਹਰ ਕੋਈ ਆਪਣੇ ਪੁੱਤਰ ਦਾ ਵਿਆਹ ਕਰਕੇ ਉਸਦਾ ਘਰ ਵਸਾਉਣਾ ਚਾਹੁੰਦਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨੇ ਅਜੇ ਇੰਨੀ ਕੱਚੀ ਉਮਰ ਦੇ ਸਨ ਕਿ ਉਹਨਾਂ ਦੇ ਅਜੇ ਥੋੜ੍ਹੀ ਥੋੜ੍ਹੀ ਮੁੱਛ ਫੁੱਟਣੀ ਸ਼ੁਰੂ ਹੀ ਹੋਈ ਸੀ। ਪੁੱਤ ਨੂੰ ਜੰਗ ਦੇ ਮੈਦਾਨ ਵਿੱਚ ਤੋਰ ਕੇ ਗੁਰੂ ਜੀ ਖੁਸ਼ ਹੋ ਗਏ ਕਿ ਉਹਨਾਂ ਦਾ ਪੁੱਤਰ ਸੱਚਮੁੱਚ ਅੱਜ ਆਪਣਾ ਫਰਜ਼ ਨਿਭਾਉਣ ਜਾ ਰਿਹਾ ਹੈ। ਸੂਰਜ ਚੜ੍ਹ ਗਿਆ ਤੇ ਚਾਨਣ ਹੋ ਗਿਆ ਸੀ। ਜੰਗ ਦਾ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਾ ਸੀ। ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਇਸ ਗੜੀ ਨੂੰ ਛੱਡ ਕੇ ਚਲੇ ਜਾਓ। ਇਹ ਗੜੀ ਮੁਗਲਾਂ ਨੇ ਚਾਰੇ ਪਾਸਿਓਂ ਘੇਰ ਲਈ ਹੈ।
ਤੁਸੀਂ ਕਿਰਪਾ ਕਰਕੇ ਆਪਣੇ ਸਾਹਿਬਜ਼ਾਦਿਆਂ ਨੂੰ ਲੈ ਕੇ ਇਸ ਗੜੀ ਨੂੰ ਛੱਡ ਦਿਓ। ਇਹਨਾਂ ਸਿਪਾਹੀਆਂ ਨਾਲ ਅਸੀਂ ਖੁਦ ਨਜਿੱਠ ਲਵਾਂਗੇ। ਇਹ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ, ਮੇਰੇ ਪੁੱਤਰ ਹੋ। ਜਾਂ ਤਾਂ ਅਸੀਂ ਸਾਰੇ ਸੁਰੱਖਿਅਤ ਇੱਥੋਂ ਬਾਹਰ ਨਿਕਲ ਜਾਵਾਂਗੇ ਜਾਂ ਫਿਰ ਸਾਰੇ ਹੀ ਸ਼ਹੀਦੀਆਂ ਪ੍ਰਾਪਤ ਕਰ ਜਾਵਾਂਗੇ। ਬਾਬਾ ਅਜੀਤ ਸਿੰਘ ਨਿਡਰਤਾ ਨਾਲ ਜੈਕਾਰਾ ਗਜਾਉਂਦੇ ਹੋਏ ਭਾਈ ਮੋਕਮ ਸਿੰਘ ਤੇ ਚਾਰ ਹੋਰ ਸਿੰਘਾਂ ਨਾਲ ਜੰਗ ਦੇ ਮੈਦਾਨ ਵਿੱਚ ਆ ਗਏ। ਗੁਰੂ ਜੀ ਗੜੀ ਦੇ ਉੱਚੇ ਹਿੱਸੇ ਤੇ ਖੜੇ ਹੋ ਕੇ ਜੰਗ ਦਾ ਸਾਰਾ ਨਜ਼ਾਰਾ ਦੇਖਣ ਲੱਗੇ। ਸਾਰੇ ਸਿੰਘ ਬਾਬਾ ਅਜੀਤ ਸਿੰਘ ਦੀ ਕਮਾਨ ਅੰਦਰ ਲੜਦੇ ਹੋਏ ਆਪਣੇ ਆਪ ਨੂੰ ਬੜਾ ਹੀ ਭਾਗਾਂ ਵਾਲਾ ਸਮਝ ਰਹੇ ਸਨ। ਬਾਬਾ ਅਜੀਤ ਸਿੰਘ ਨੇ ਸ਼ੇਰ ਵਾਂਗੂ ਗਰਜਦੇ ਹੋਏ ਕਿਹਾ ਕਿ ਕਿਸੇ ਵਿੱਚ ਹਿੰਮਤ ਹੈ ਤਾਂ ਮੇਰੇ ਨਾਲ ਯੁੱਧ ਕਰਕੇ ਦਿਖਾਵੇ। ਬਾਬਾ ਜੀ ਦਾ ਜੋਸ਼ ਤੇ ਬਹਾਦਰੀ ਤੱਕ ਕੇ ਇੱਕ ਵਾਰ ਸਾਰੇ ਮੁਗਲ ਠਠੰਬਰ ਗਏ ਤੇ ਫਿਰ ਝੁੰਡ ਬਣਾ ਕੇ ਸਿੰਘਾਂ ਤੇ ਬਾਬਾ ਅਜੀਤ ਸਿੰਘ ਤੇ ਹਮਲਾ ਕਰ ਦਿੱਤਾ। ਹਜ਼ਾਰਾਂ ਮੁਗਲਾਂ ਨੂੰ ਮਾਰ ਗਰਾਉਣ ਤੋਂ ਬਾਅਦ ਬਾਬਾ ਜੀ ਦੀ ਕਿਰਪਾਨ ਟੁੱਟ ਗਈ ਤੇ ਫਿਰ ਬਾਬਾ ਅਜੀਤ ਸਿੰਘ ਜੀ ਨੇ ਨੇਜੇ ਨਾਲ ਲੜਨਾ ਜਾਰੀ ਰੱਖਿਆ। ਇੱਕ ਮੁਗਲ ਸੈਨਾਪਤੀ ਨੇ ਬਾਬਾ ਜੀ ਦੇ ਘੋੜੇ ਤੇ ਵਾਰ ਕਰਕੇ ਘੋੜੇ ਨੂੰ ਜ਼ਖਮੀ ਕਰ ਦਿੱਤਾ, ਜਿਸ ਕਾਰਨ ਬਾਬਾ ਅਜੀਤ ਸਿੰਘ ਨੂੰ ਧਰਤੀ ਤੇ ਉਤਰਨਾ ਪਿਆ। ਲੜਦਿਆਂ ਲੜਦਿਆਂ ਕਾਫੀ ਲੰਮਾ ਸਮਾਂ ਬੀਤ ਗਿਆ ਤੇ ਬਾਬਾ ਅਜੀਤ ਸਿੰਘ ਦੇ ਨਾਲ ਆਏ ਹੋਏ ਪੰਜ ਸਿੰਘ ਹੁਣ ਤੱਕ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸਨ। ਬਾਬਾ ਜੀ ਨੇ ਆਪਣੇ ਕਮਰ ਕੱਸੇ ਵਿੱਚ ਬੰਨੀ ਹੋਈ ਤਲਵਾਰ ਬਾਹਰ ਕੱਢੀ ਤੇ ਫਿਰ ਤੂੰ ਹੱਲਾ ਬੋਲ ਦਿੱਤਾ ਤੇ ਤਲਵਾਰ ਦੇ ਇੱਕ ਵਾਰ ਨਾਲ ਮੁਗਲ ਸੈਨਾਪਤੀ ਨੂੰ ਦੋ ਹਿੱਸਿਆਂ ਵਿੱਚ ਚੀਰ ਦਿੱਤਾ ਤੇ ਜਦੋਂ ਖਿੱਚ ਕੇ ਉਸਦੇ ਸਰੀਰ ਦੇ ਵਿੱਚੋਂ ਤਲਵਾਰ ਬਾਹਰ ਕੱਢੀ ਤਾਂ ਉਸ ਸੈਨਾਪਤੀ ਦੇ ਸਰੀਰ ਦੇ ਚਾਰ ਹਿੱਸੇ ਹੋ ਗਏ। ਗੁਰੂ ਜੀ ਬੜੇ ਧਿਆਨ ਨਾਲ ਆਪਣੇ ਪੁੱਤਰ ਨੂੰ ਲੜਦਾ ਹੋਇਆ ਦੇਖ ਰਹੇ ਸਨ ਕਿ ਕਿੰਨੀ ਬਹਾਦਰੀ ਨਾਲ ਉਹ ਲੜ ਰਿਹਾ ਹੈ। ਹੁਣ ਤੱਕ ਬਾਬਾ ਅਜੀਤ ਸਿੰਘ ਜੀ ਦਾ ਸਾਰਾ ਸਰੀਰ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਹਰ ਪਾਸੇ ਫੱਟ ਵੱਜੇ ਸਨ, ਸਰੀਰ ਦੇ ਲਹੂ ਨਾਲ ਧਰਤੀ ਸੂਈ ਹੋ ਰਹੀ ਸੀ। ਫਿਰ ਹੱਥ ਵਿੱਚ ਇੱਕ ਤਲਵਾਰ ਸੀ, ਘੋੜੇ ਦੇ ਜ਼ਖਮੀ ਹੋਣ ਕਾਰਨ ਬਾਬਾ ਜੀ ਧਰਤੀ 'ਤੇ ਆ ਗਏ ਸਨ। ਚਾਰੇ ਪਾਸਿਓਂ ਮੁਗਲ ਸਿਪਾਹੀਆਂ ਨਾਲ ਘਿਰੇ ਹੋਏ ਸਨ, ਪਰ ਬਾਬਾ ਜੀ ਇਹ ਸਾਰਾ ਕੁਝ ਹੋਣ ਤੋਂ ਬਾਅਦ ਵੀ ਰਤਾ ਨਾ ਘਬਰਾਏ ਤੇ ਅੰਤ ਸ਼ਹੀਦੀ ਪ੍ਰਾਪਤ ਕਰ ਗਏ। ਇੱਧਰ ਗੜੀ ਤੋਂ ਜੰਗ ਇਹ ਹਾਲ ਦੇਖਦੇ ਹੋਏ ਜਦੋਂ ਗੁਰੂ ਜੀ ਨੇ ਆਪਣੇ ਪੁੱਤਰ ਨੂੰ ਸ਼ਹੀਦ ਹੁੰਦੇ ਦੇਖਿਆ ਤਾਂ ਇੱਕ ਤੁਪਕਾ ਵੀ ਅੱਖਾਂ 'ਚੋਂ ਨਾ ਕਿਰਿਆ, ਬਸ ਗੱਜ ਕੇ ਜੈਕਾਰਾ ਬੁਲਾਇਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਉਹਨਾਂ ਦਾ ਇੱਕ ਪੁੱਤਰ ਆਪਣਾ ਫਰਜ਼ ਨਿਭਾ ਗਿਆ ਹੈ। ਬਾਬਾ ਅਜੀਤ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਸਾਰੇ ਪਾਸੇ ਫੈਲ ਗਈ ਸੀ। ਇਹ ਖਬਰ ਸੁਣ ਕੇ ਛੋਟੇ ਭਰਾ ਬਾਬਾ ਜੁਝਾਰ ਸਿੰਘ ਨੇ ਵੀ ਜੰਗ ਵਿੱਚ ਜਾਣ ਦੀ ਇੱਛਾ ਜਤਾਈ। ਉਹ ਵੀ ਗੁਰੂ ਜੀ ਕੋਲ ਗਏ ਤੇ ਜਾ ਕੇ ਕਹਿਣ ਲੱਗੇ ਕਿ ਪਿਤਾ ਜੀ, ਮੈਨੂੰ ਵੀ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ। ਇਹ ਨਾ ਕਹਿਣਾ ਕਿ ਮੈਂ ਛੋਟਾ ਹਾਂ, ਮੈਂ ਅਜੇ ਜੰਗ ਵਿੱਚ ਨਹੀਂ ਜਾ ਸਕਦਾ, ਮੈਂ ਵੀ ਜੰਗ ਵਿੱਚ ਜਾ ਕੇ ਆਪਣੇ ਵੱਡੇ ਵੀਰ ਅਜੀਤ ਸਿੰਘ ਵਾਂਗੂ ਦੁਸ਼ਮਣਾਂ ਦੇ ਦੰਦ ਖੱਟੇ ਕਰਨੇ ਚਾਹੁੰਦਾ ਹਾਂ। ਇਹ ਸੁਣ ਕੇ ਗੁਰੂ ਜੀ ਗਦ ਗਦ ਹੋ ਉੱਠੇ ਤੇ ਆਪਣੇ ਪੁੱਤਰ ਨੂੰ ਅਸੀਸ ਦੇ ਕੇ ਕਿਹਾ ਕਿ ਜਾ ਜੁਝਾਰ ਸਿੰਘ ਤੇ ਜਾ ਕੇ ਆਪਣੀ ਲਾੜੀ ਮੌਤ ਨੂੰ ਵਿਆਹ। ਉਹਨਾਂ ਨੇ ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ, ਜੋ ਕਿ ਪੰਜਾਂ ਪਿਆਰਿਆਂ ਦੇ ਵਿੱਚੋਂ ਦੋ ਪਿਆਰੇ ਸਨ, ਇਹਨਾਂ ਨੂੰ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਜੰਗ ਵਿੱਚ ਜਾਣ ਲਈ ਭੇਜ ਦਿੱਤਾ। ਜੈਕਾਰਾ ਗਜਾਉਂਦੇ ਹੋਏ ਬਾਬਾ ਜੁਝਾਰ ਸਿੰਘ ਜੀ ਵੀ ਜੰਗੇ ਮੈਦਾਨ ਵਿੱਚ ਚਲੇ ਗਏ। ਕਹਿੰਦੇ ਨੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੋਵਾਂ ਦੇ ਚਿਹਰੇ ਮੁਹਾਂਦਰੇ ਇੰਨੇ ਮਿਲਦੇ ਸਨ ਕਿ ਬਾਬਾ ਜੁਝਾਰ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿੱਚ ਆਏ ਹੋਏ ਦੇਖ ਕੇ ਮੁਗਲਾਂ ਨੂੰ ਇਹ ਭੁਲੇਖਾ ਪੈ ਗਿਆ ਕਿ ਇਹ ਅਜੀਤ ਸਿੰਘ ਫਿਰ ਤੋਂ ਕਿੱਥੋਂ ਆ ਗਿਆ। ਬਾਬਾ ਜੁਝਾਰ ਸਿੰਘ ਦੇ ਨਾਲ ਪੰਜ ਹੋਰ ਸਿੰਘ ਜੰਗੇ ਮੈਦਾਨ ਵਿੱਚ ਗਏ। ਇਹਨਾਂ ਛੇ ਜਣਿਆਂ ਨੇ ਜਾ ਕੇ ਜੰਗ ਦੇ ਮੈਦਾਨ ਵਿੱਚ
ਇੱਕ ਘੇਰਾ ਬਣਾ ਲਿਆ ਜਿਸ ਨੂੰ ਕਿ ਤੋੜਨ ਦੀ ਕਿਸੇ ਦੀ ਵੀ ਹਿੰਮਤ ਨਾ ਹੋ ਸਕੀ। ਗੁਰੂ ਗੋਬਿੰਦ ਸਿੰਘ ਜੀ ਗੜੀ ਵਿੱਚੋਂ ਖੜ੍ਹੇ ਹੋ ਕੇ ਦੇਖ ਰਹੇ ਸਨ ਕਿ ਕਿਸ ਤਰ੍ਹਾਂ ਉਹਨਾਂ ਦਾ ਛੋਟਾ ਪੁੱਤਰ ਜੰਗ ਦੇ ਗੁਰਾਂ ਨੂੰ ਬੜੀ ਚੰਗੀ ਤਰ੍ਹਾਂ ਨਾਲ ਵਰਤ ਰਿਹਾ ਹੈ। ਜੇਕਰ ਕੋਈ ਵੀ ਮੁਗਲ ਸਿਪਾਹੀ ਉਸ ਘੇਰੇ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ਉਸਨੂੰ ਇਸ ਤਰ੍ਹਾਂ ਚੀਰ ਕੇ ਰੱਖ ਦਿੱਤਾ ਜਾਂਦਾ ਜਿਸ ਤਰ੍ਹਾਂ ਕਿ ਕਿਸਾਨ ਆਪਣੀਆਂ ਫਸਲਾਂ ਉੱਤੇ ਦਾਤੀ ਵਾਹੁੰਦਾ ਹੈ। ਗੁਰੂ ਜੀ ਆਪਣੇ ਸਿੰਘਾਂ ਦੀ ਬਹਾਦਰੀ ਨੂੰ ਵੇਖ ਕੇ ਬੜੇ ਹੀ ਖੁਸ਼ ਹੋ ਰਹੇ ਸਨ। ਹੌਲੀ ਹੌਲੀ ਦੁਸ਼ਮਣਾਂ ਦੀ ਗਿਣਤੀ ਹੋਰ ਵਧਣ ਲੱਗੀ ਅਤੇ ਉਹ ਬਾਬਾ ਜੁਝਾਰ ਸਿੰਘ ਜੀ ਦੇ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ। ਬਾਬਾ ਜੀ ਬੁਰੀ ਤਰ੍ਹਾਂ ਨਾਲ ਮੁਗਲਾਂ ਨਾਲ ਘਿਰ ਚੁੱਕੇ ਸਨ। ਉਹਨਾਂ ਦੇ ਹੱਥ ਵਿੱਚ ਇੱਕ ਨੇਜਾ ਸੀ ਜੋ ਕਿ ਉਹਨਾਂ ਨੇ ਘੁਮਾ ਕੇ ਦੁਸ਼ਮਣ ਦੀ ਛਾਤੀ ਵਿੱਚ ਮਾਰਿਆ। ਹੁਣ ਬਾਬਾ ਜੀ ਖੰਡੇ ਦੇ ਨਾਲ ਦੁਸ਼ਮਣਾਂ 'ਤੇ ਵਾਰ ਕਰ ਰਹੇ ਸਨ। ਹੁਣ ਗੁਰੂ ਗੋਬਿੰਦ ਸਿੰਘ ਜੀ ਟਿੱਬੀ ਉੱਤੇ ਖੜ੍ਹੇ ਹੋਏ ਤੀਰਾਂ ਦੀ ਬੁਛਾਰ ਕਰ ਰਹੇ ਸਨ ਤਾਂ ਕਿ ਬਾਬਾ ਜੁਝਾਰ ਸਿੰਘ ਜੀ ਨੂੰ ਵੱਧ ਤੋਂ ਵੱਧ ਸਮਾਂ ਮਿਲ ਸਕੇ ਅਤੇ ਉਹ ਮੁਗਲ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਸਕੇ। ਗੁਰੂ ਜੀ ਚਾਹੁੰਦੇ ਸਨ ਕਿ ਉਹਨਾਂ ਦਾ ਛੋਟਾ ਸਪੁੱਤਰ ਵੀ ਸਵਾ ਲਾਖ ਸੇ ਏਕ ਲੜਾਉਂ ਦੇ ਬੋਲਾਂ ਨੂੰ ਪੂਰਾ ਕਰ ਜਾਵੇ। ਜਦੋਂ ਮੁਗਲ ਸਿਪਾਹੀਆਂ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਗੁਰੂ ਜੀ ਦਾ ਛੋਟਾ ਸਾਹਿਬਜ਼ਾਦਾ ਵੀ ਉਹਨਾਂ ਉੱਤੇ ਭਾਰੀ ਪੈ ਰਿਹਾ ਹੈ ਤਾਂ ਉਹਨਾਂ ਨੇ ਬਹੁ ਗਿਣਤੀ ਵਿੱਚ ਇਕੱਠੇ ਹੋ ਕੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਅਤੇ ਫਿਰ ਉਹਨਾਂ ਉੱਤੇ ਲਗਾਤਾਰ ਹਮਲੇ ਕਰਨ ਲੱਗੇ। ਬਾਬਾ ਜੀ ਨੂੰ ਕਈ ਫੱਟ ਲੱਗ ਗਏ ਜਿਸ ਕਾਰਨ ਕਿ ਉਹਨਾਂ ਦੇ ਸਰੀਰ ਦੇ ਵਿੱਚੋਂ ਲਹੂ ਹਰ ਪਾਸਿਓਂ ਨਿਤਰਨ ਲੱਗਾ ਅਤੇ ਫਿਰ ਬਾਬਾ ਜੁਝਾਰ ਸਿੰਘ ਜੀ ਧਰਤੀ ਉੱਤੇ ਡਿੱਗ ਪਏ। ਉਹਨਾਂ ਦੇ ਧਰਤੀ ਉੱਤੇ ਡਿੱਗਦਿਆਂ ਹੀ ਬਾਬਾ ਜੀ ਸ਼ਹੀਦੀ ਪ੍ਰਾਪਤ ਕਰ ਗਏ, ਜੋ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਫਿਰ ਤੋਂ ਜ਼ੋਰ ਦੀ ਜੈਕਾਰਾ ਬੁਲਾਇਆ ਅਤੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ। ਇਹ ਸੀ 21 ਦਸੰਬਰ 1704 ਦਾ ਉਹ ਦਿਨ ਜਿਸ ਦਿਨ ਕਿ ਗੁਰੂ ਜੀ ਦੇ ਦੋਵੇਂ ਸਾਹਿਬਜ਼ਾਦੇ ਇੱਕ ਦਿਨ ਹੀ ਸ਼ਹੀਦ ਹੋ ਗਏ। ਲਗਭਗ ਰਾਤ ਪੈਣ ਦਾ ਸਮਾਂ ਸੀ ਜਦੋਂ ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ। ਗੁਰੂ ਗੋਬਿੰਦ ਸਿੰਘ ਜੀ ਕੌਮ ਦੇ ਅਤੇ ਪੂਰੀ ਸੰਸਾਰ ਦੇ ਉਹ ਪਿਤਾ ਹੋਏ ਨੇ ਜਿਨ੍ਹਾਂ ਨੇ ਆਪਣੇ ਪੁੱਤਰਾਂ ਦੇ ਸ਼ਹੀਦ ਹੋਣ 'ਤੇ ਅੱਖਾਂ ਵਿੱਚੋਂ ਇੱਕ ਵੀ ਹੰਝੂ ਨਾ ਸੁੱਟਿਆ, ਬਲਕਿ ਖੁਸ਼ ਹੋਏ ਅਤੇ ਪਰਮਾਤਮਾ ਦਾ ਸ਼ੁਕਰ ਕਰਦੇ ਰਹੇ ਕਿ ਉਹਨਾਂ ਦੇ ਪੁੱਤਰ ਧਰਮ ਅਤੇ ਨਿਆਂ ਦੇ ਰਸਤੇ 'ਤੇ ਚੱਲਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ। ਧੰਨ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਵਰਗਾ ਨਾ ਤਾਂ ਕੋਈ ਹੋਇਆ ਹੈ ਅਤੇ ਨਾ ਹੀ ਕੋਈ ਹੋ ਸਕੇਗਾ। ਇਹ ਸੀ ਚਮਕੌਰ ਸਾਹਿਬ ਦੇ ਜੰਗ ਦਾ ਉਹ ਦਿਨੇ ਹਾਲ। ਇਹ ਸੀ ਸ਼ਹੀਦੀ ਹਫ਼ਤੇ ਦੀ ਸੀਰੀਜ਼ ਦੀ ਇੱਕ ਹੋਰ ਵੀਡੀਓ। ਇਸ ਦੇ ਨਾਲ ਕਨੈਕਟਡ ਹੋਰ ਵੀਡੀਓਜ਼ ਵੀ ਆਉਂਦੀਆਂ ਰਹਿਣਗੀਆਂ, ਉਹਨਾਂ ਵੀਡੀਓਜ਼ ਨੂੰ ਵੀ ਦੇਖਣਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਦੇ ਨਾਲ ਜੁੜ ਜਾਓ ਅਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਹੋਰਾਂ ਨਾਲ ਸ਼ੇਅਰ ਕਰ ਦੇਣਾ ਤਾਂ ਕਿ ਹੋਰ ਲੋਕ ਵੀ ਸਾਡੇ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣ। ਮਿਲਦੇ ਹਾਂ ਨਵੀਂ ਵੀਡੀਓ ਵਿੱਚ। ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ।